ये पग की विशेष जी है ना समा थोड़ा लेंगे जी अभी जी 1509 तो अपना 2100 ये कर देंगे तो 11 की भी करी दी है22-23 जिहड़ा साडा गावा 21 झोना वो मतलब पिछले साल साडा 30-33 क्विंटल निकला मेरा इतने मुंडा होना अपना वो जिन्हें वड्डे मुंडे ने अपने ने गुरमीत इधर आ रहे दसरी जी की गल मैं इन्हू पुछो पांच बजे मतलब कंबाइन नहीं है चली मेरे चलते 1.5 किले के 7 टैंके ने दाने के भर के कढ़े हाँ जी कढ़िया सर ਬੜਾ ਲੰਘਾ ਭਰਾ ਕੰਬਾਈਨ ਹੀ ਸਰ ਤੁਰਦੀ ਹੈ ਕੰਬਾਈਨ ਹੀ ਇਹਦਾ ਤਰੀਕਾ ਸਾਰਾ ਦੱਸ ਇਹ ਤਾਂ 20 ਦਾ ਹੈ ਨਹੀਂ 20 ਦਾ ਦੀ ਇਹਦੀ ਜਿਹੜੀ ਸੋਹ ਦਾ ਜਿੰਨਾ ਸਹੀ ਆਪਦਾ ਹੱਥ ਝੜਾ ਦੇ ਲੋ ਜਿਹੜੀ ਇਹਦੀ 20 ਦੀ ਜਿਹੜੇ 1509 ਹੋਈ ਜਾਂ 21 ਹੋਈ ਆਪਦਾ ਵੀ ਲੈਂਦੇ ਇੱਕ ਦੋਵਾਂ ਕਿੱਲਿਆਂ ਦਾ ਸਹੀ ਬਾਹਰੋਂ ਲੈਂਦੇ ਜਿਹਦਾ ਹਰੀਅਰ ਕੰਪਨੀ ਦਾ ਹੋਗਾ ਉਹੀ ਬੀਜਦੇ ਉਹਦਾ ਗਾਹ ਫਿਰ ਸੋਧ ਕਰ ਲਏ 2 ਸਾਲ ਉਹ ਬੀਜਦੇ ਆ ਫਿਰ ਅਸੀਂ 2 ਕਿੱਲੇ ਲੈ ਲੈਂਦੇ ਤੇ ਫਿਰ ਅਸੀਂ ਉਹਦੀ ਆਪ ਸੋਧ ਕਰਕੇ ਰੱਖਦੇ ਹਾਂ ਕਾਮਯਾਬ ਹੈ ਇਹ ਪੈਲੀ ਜਿਹੜੀ ਆ ਵਾਵਾ ਸੈੱਲ ਚ ਰੱਖਣੀ ਪੈਂਦੀ ਹੈ ਕਿ ਦੋ ਤਰੀਕੇ ਦੇ ਇੱਕ ਬੱਤਰ ਜੇ ਵੀ ਕੀਤੀ ਆ ਤੇ ਸੁੱਕੇ ਜੇ ਵੀ ਕਰਦਾ ਜਿਆਦਾ ਸੁੱਕਾ ਕਾਮਯਾਬ ਹੈ ਸਾਡੇ ਬੱਤਰ ਦੇ ਵਿੱਚ ਦੋ ਗੱਲਾਂ ਭਰ ਦੇਣਾ ਕਿ ਇਸ ਤਰ੍ਹਾਂ ਆ ਵੀ ਜਿਹੜਾ ਪਹਿਲੇ ਭਰੀ ਆ ਕਰਾਇਆ ਕੀਤਾ ਉਹਨੂੰ ਭਰ ਕੇ ਮਾਰ ਕੇ ਦੋਹਰਾ ਸਵਾਗਾ ਫਿਰ ਉਹਨੂੰ ਬੱਤਰ ਚ ਘੇਰ ਦੋ 21 ਦਿਨ ਬਾਅਦ ਪਾਣੀ ਲਾਉਣਾ ਆਪਾਂ 21 ਦਿਨ ਬਾਅਦ ਉਹਦੇ ਵਿੱਚ ਉਹ ਤਾਂ ਫੇਲ ਆ ਜੇ ਬਾਰਿਸ਼ ਹੋ ਜਾਂਦੀ ਨਾ ਉਹ ਚ ਫੇਲ ਆ ਜੇ ਬਾਰਿਸ਼ ਨਹੀਂ ਹੁੰਦੀ ਫਿਰ ਉਹ ਕਾਮਯਾਬ ਹੈ ਆ ਜਿਹੜੀ ਸੁੱਕੀ ਬਿਜਾਈ ਹੁਣ ਕਰਕੇ ਇਹਨੂੰ ਭਰ ਦੇਣਾ ਆਪਾਂ ਇਹਦਾ ਰਿਜ਼ਲਟ ਬਹੁਤ ਵਧੀਆ ਹੁੰਦਾ ਦਵਾਈ ਇਹਦੇ ਤੇ ਕਦੋਂ ਪਾਉਣੀ ਇਹਦੀ ਦਵਾਈ ਜੀ ਇੱਕੜੇ ਸਟੈਂਪ ਦਵਾਈ ਆਉਂਦੀ ਨਾ ਜਿਹੜੀ ਹੁਣ ਅਸੀਂ ਸੁੱਕੇ ਤੇ ਕਰਨੀ ਹੈ ਬਾਅਦ 'ਚ ਭਰਨਾ ਸੁੱਕੇ ਦੀ ਦਵਾਈ ਬਹੁਤ ਕਾਮਯਾਬ